ਹੈਲੋ ਐਵਰੀਵਨ, ਸਵਾਗਤ ਹੈ ਤੁਹਾਡਾ ਸਾਡੇ ਯੂਟਿਊਬ ਚੈਨਲ ਪੈਰੀ ਸਟੱਡੀ ਔਨਲਾਈਨ 'ਤੇ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ETT ਤੋਂ ਬਾਅਦ ਗ੍ਰੈਜੂਏਸ਼ਨ ਦੇ ਬਾਰੇ। ਠੀਕ ਹੈ, ਕਾਫੀ ਸਟੂਡੈਂਟ ਨੂੰ ਕੁਝ ਡਾਊਟ ਹੈ, ਸੋ ਡਾਊਟ ਮੈਂ ਤੁਹਾਡੇ ਦੂਰ ਕਰਦਾ। ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ, ਸਾਡੇ ਚੈਨਲ ਦੇ ਉੱਪਰ ਇੱਕ ਨਵਾਂ ਬੈਚ ਸ਼ੁਰੂ ਕੀਤਾ ਹੈ ਜਿਹਦੇ ਵਿੱਚ ਤੁਹਾਨੂੰ ਕੀ ਹੈ ETT ਦੇ ਪੁਰਾਣੇ ਪੇਪਰ, ਠੀਕ ਹੈ, ਇੰਗਲਿਸ਼ ਹੋ ਗਿਆ, ਸਮਾਜਿਕ ਹੋ ਗਿਆ ਅਤੇ ਇੱਕ ਕੋਈ ਹੋਰ ਸਬਜੈਕਟ, ਉਹਨਾਂ ਦੇ ਸਲਿਊਸ਼ਨ ਮਿਲਣਗੇ। ਮੇਨ ਫੋਕਸ ਸਾਡਾ ਇੰਗਲਿਸ਼ ਦੇ ਉੱਪਰ ਹੈ, ਜਿਹਦੇ ਪੁਰਾਣੇ ਪੇਪਰ ਤੁਹਾਨੂੰ ਸੋਲਵ ਕਰਕੇ ਦਿੱਤੇ ਜਾ ਰਹੇ ਆ, 2019-21 ਵਾਲਾ, 2018-20 ਵਾਲਾ ਅਤੇ 2017-19 ਵਾਲਾ ਜਿਹੜਾ ਪੇਪਰ ਉਹ ਬਣ ਚੁੱਕਿਆ। ਠੀਕ ਹੈ, ਉਹਨਾਂ ਦੇ ਸਲਿਊਸ਼ਨ ਅਸੀਂ ਐਪ ਦੇ ਉੱਪਰ ਅਪਲੋਡ ਕਰ ਚੁੱਕੇ ਹਾਂ। ਜੇਕਰ ਤੁਸੀਂ ਡੈਮੋ ਦੇਖਣਾ ਚਾਹੁੰਦੇ ਹੋ ਪੇਪਰ ਦੇ, ਮਤਲਬ ਸਲਿਊਸ਼ਨ ਕਿਵੇਂ ਦੇ ਬਣਿਆ, ਤੁਸੀਂ ਸਾਡੀ ਐਪ ਡਾਊਨਲੋਡ ਕਰ ਸਕਦੇ ਹੋ ਜਿਹਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ। ਉਹਦੇ ਵਿੱਚ ਇੱਕ ਕੋਰਸ ਹੈ ਬੁੱਕਸ PDF ਵਾਲਾ, ਠੀਕ ਹੈ, ਉਹਦੇ ਵਿੱਚ ਤੁਸੀਂ ਜਾ ਕੇ ਪੁਰਾਣੇ ਪੇਪਰ ਦੇਖ ਸਕਦੇ ਹੋ। ਇੱਕ ਉਹਦੇ ਵਿੱਚ ਫ੍ਰੀ ਵਾਲਾ ਪੇਪਰ ਪਿਆ, ਉੱਥੋਂ ਤੁਸੀਂ ਦੇਖ ਸਕਦੇ ਹੋ ਸਲਿਊਸ਼ਨ ਕਿਵੇਂ ਦੇ, ਬਿਲਕੁਲ ਡਿਟੇਲ ਦੇ ਵਿੱਚ ਸਲਿਊਸ਼ਨ ਤਿਆਰ ਕੀਤੇ ਆ। ਅਤੇ ਸਭ ਤੋਂ ਵੱਡੀ ਗੱਲ ਕੀ ਹੈ, ਇੰਗਲਿਸ਼ ਦੇ ਨਾਲ ਨਾਲ ਪੰਜਾਬੀ ਵੀ ਲਿਖੀ ਹੋਈ ਹੈ। ਠੀਕ ਹੈ, ਜਿਵੇਂ ਇੰਗਲਿਸ਼ ਦਾ ਸਲਿਊਸ਼ਨ ਹੈ ਨਾ, ਉਹਦੇ ਥੱਲੇ ਟਰਾਂਸਲੇਟ ਕਰਕੇ ਪੰਜਾਬੀ ਵਿੱਚ ਵੀ ਲਿਖਿਆ ਹੋਇਆ ਤਾਂ ਕਿ ਤੁਹਾਨੂੰ ਪੜ੍ਹਨ ਦੇ ਵਿੱਚ ਆਸਾਨੀ ਹੋ ਸਕੇ। ਠੀਕ ਹੈ, ਇਹ ਬੈਨੀਫਿਟ ਹੈ ਇਸ ਚੀਜ਼ ਦਾ। ਜਿਹਦਾ ਪ੍ਰਾਈਸ ਕੀ ਹੈ, ਸਿਰਫ 600 ਰੁਪਏ ਆ। ਅੱਜ ਸ਼ਾਮ 5 ਵਜੇ ਤੱਕ ਪ੍ਰਾਈਸ 600 ਰੁਪਏ ਰਹੇਗਾ, ਉਸ ਤੋਂ ਬਾਅਦ ਇਹਦਾ ਪ੍ਰਾਈਸ 800 ਰੁਪਏ ਹੋਏਗਾ। ਠੀਕ ਹੈ, ਨਾਲ ਤੁਹਾਨੂੰ ਕੀ ਹੈ ਵੀਡੀਓਜ਼ ਵੀ ਪ੍ਰੋਵਾਈਡ ਕਰਵਾ ਦਾਂਗੇ ਇੰਗਲਿਸ਼ ਦੀਆਂ ਤਾਂ ਕਿ ਤੁਹਾਡੇ ਪੇਪਰ ਕੀ ਹੈ ਵਧੀਆ ਹੋ ਸਕਣ। ਹੁਣ ਕਾਫੀ ਸਟੂਡੈਂਟ ਦੇ ਡਾਊਟ ਆਉਂਦੇ ਆ, ਸਰ ਜਿਹੜਾ ਸਾਡਾ ਸੈਸ਼ਨ ਹੈ 21-23, ਇਹ ਜਦੋਂ ਸਾਨੂੰ DMC ਮਿਲੇਗੀ ਉਹਦੇ ਉੱਪਰ ਕੀ ਲਿਖਿਆ ਆਏਗਾ? ਅੱਜ ਮੈਂ ਸਵੇਰੇ ਆਪਦੀ DMC ਚੈੱਕ ਕੀਤੀ, ਮੇਰਾ ਸੈਸ਼ਨ ਸੀਗਾ 2019-21, ਪਰ ਕਰੋਨਾ ਕਰਕੇ 2022 ਦੇ ਵਿੱਚ ਇਹ ਕੰਪਲੀਟ ਹੋਇਆ ਸੀਗਾ। ਤਾਂ ਉਹਦੇ ਉੱਪਰ ਡਿਗਰੀ ਦੇ ਉੱਪਰ ਕੀ ਹੈ, DMC ਦੇ ਉੱਪਰ ਆਪਣੇ ਸਿਰਫ 19-21 ਹੀ ਲਿਖਿਆ ਆਏਗਾ। ਠੀਕ ਹੈ, ਇਹ ਟੈਨਸ਼ਨ ਨਾ ਲਓ ਵੀ ਤੁਹਾਡਾ ਸੈਸ਼ਨ 21-23 ਆ ਤਾਂ 21-24 ਲਿਖਿਆ ਆਏਗਾ, ਨਹੀਂ ਇਹੋ ਜਿਹਾ ਕੁਛ ਨਹੀਂ ਹੈ। ਜਿਹੜਾ ਸੈਸ਼ਨ ਹੈ ਸਿਰਫ ਉਹੀ ਉੱਥੇ ਮੈਂਸ਼ਨ ਕੀਤਾ ਹੋਏਗਾ 21-23। ਤਾਂ ਤੁਸੀਂ ਜੇ ਗ੍ਰੈਜੂਏਸ਼ਨ ਭਰਨੀ ਹੈ ਤਾਂ ਭਰ ਸਕਦੇ ਹੋ, ਠੀਕ ਹੈ, ਕੋਈ ਦਿੱਕਤ ਨਹੀਂ ਆਏਗੀ, ਕਿਉਂਕਿ ਗ੍ਰੈਜੂਏਸ਼ਨ ਤੁਸੀਂ 2024 ਵਿੱਚ ਸ਼ੁਰੂ ਕਰ ਰਹੇ ਹੋ ਅਤੇ ਗ੍ਰੈਜੂਏਸ਼ਨ ਦਾ ਅਤੇ ETT ਦਾ ਕੋਈ ਲੱਲਾ ਖੱਖ ਨਹੀਂ ਹੈ। ਗ੍ਰੈਜੂਏਸ਼ਨ ਮੇਨਲੀ ਕੀ ਹੈ, +2 ਬੇਸ ਹੋਏਗੀ। ਠੀਕ ਹੈ, ETT ਆਉਂਦੇ 'ਚ ਕੋਈ ਦਿੱਕਤ ਨਹੀਂ ਹੈ। ਜੇ ਆਪਣੀ ਸੈਸ਼ਨ 2024 ਤੱਕ ਚੱਲਦਾ ਫਿਰ ਆਪਾਂ ਨੂੰ ਪ੍ਰੋਬਲਮ ਹੋ ਸਕਦੀ ਸੀ ਵੀ ਦੋ ਆਪਣੇ ਕੀ ਇਕੱਠੇ ਚੱਲ ਰਹੇ ਆ, ਪੈਰਲਲ ਚੱਲ ਰਹੇ ਆ, ਬਟ DMC ਦੇ ਉੱਪਰ ਤੁਹਾਡਾ ਮੈਂਸ਼ਨ ਕੀਤਾ ਹੋਏਗਾ 2021-23, ਨਾ ਕਿ 2021-24 ਨਹੀਂ ਲਿਖਿਆ ਹੋਏਗਾ, 21-23 ਲਿਖਿਆ ਹੋਏਗਾ। ਜਿਹੜਾ ਸੈਸ਼ਨ ਹੈ ਉਸੇ ਡੇਟ ਨੂੰ ਲਿਖਿਆ ਜਾਂਦਾ, ਚਾਹੇ ਉਹ ਲੇਟ ਹੋਵੇ ਚਾਹੇ ਉਹ ਜਲਦੀ ਹੋਵੇ। ਸਾਡਾ 2019-21 ਵਾਲਾ ਸੀਗਾ, 19-21 ਦੀ ਜਗ੍ਹਾ 'ਤੇ 22 ਵਿੱਚ ਕੰਪਲੀਟ ਹੋਇਆ ਸੀ, ਬਟ ਫਿਰ ਵੀ DMC ਦੇ ਉੱਪਰ 19-21 ਹੀ ਲਿਖਿਆ ਆਇਆ ਹੈ। ਠੀਕ ਹੈ, ਸੋ ਇਹ ਟੈਨਸ਼ਨ ਤੁਹਾਡੀ ਬਹੁਤ ਤੁਹਾਡੀ ਦੂਰ ਹੋਊਗੀ। ਕਈਆਂ ਨੂੰ ਟੈਨਸ਼ਨ ਇਹੀ ਹੁੰਦੀ ਹੈ ਵੀ ਸਰ DMC ਦੇ ਉੱਪਰ 21-24 ਲਿਖਿਆ ਆਏਗਾ, 24 ਦੇ ਵਿੱਚ ਅਸੀਂ BA ਕਰਨੀ ਹੈ, ਗ੍ਰੈਜੂਏਸ਼ਨ ਕਰਨੀ ਹੈ, ਤਾਂ ਕਿਵੇਂ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ? ਤਾਂ DMC ਦੇ ਉੱਪਰ ਸਿਰਫ 21-23 ਹੀ ਲਿਖਿਆ ਹੋਏਗਾ, ਤੁਸੀਂ ਆਰਾਮ ਨਾਲ ਗ੍ਰੈਜੂਏਸ਼ਨ ਭਰ ਸਕਦੇ ਹੋ। ਠੀਕ ਹੈ, ETT ਚੱਲਣ ਦੇ ਨਾਲ ਨਾਲ ਤੁਸੀਂ ਭਰ ਸਕਦੇ ਹੋ, ਕੋਈ ਦਿੱਕਤ ਨਹੀਂ ਹੈ, ਕਿਉਂਕਿ ਗ੍ਰੈਜੂਏਸ਼ਨ ਵੈਸੇ ਵੀ ETT ਦਾ ਕੋਈ ਕੰਮ ਨਹੀਂ ਹੈ, +2 ਬੇਸ ਹੀ ਹੋਊਗੀ। ਓਕੇ, ਬਾਕੀ ਤੁਸੀਂ ਕਿਆ ਜਾਣਕਾਰੀ ਲੈ ਸਕਦੇ ਹੋ ਐਕਸਪਰਟ ਤੋਂ, ਬਟ ਤੁਹਾਡਾ ਮੈਂ ਇਹ ਡਾਊਟ ਜ਼ਰੂਰ ਦੂਰ ਕਰਤਾ ਵੀ DMC ਦੇ ਉੱਪਰ 21-23 ਹੀ ਲਿਖਿਆ ਹੈਗਾ, 24 ਆਪਣਾ ਨਹੀਂ ਲਿਖਿਆ ਹੈਗਾ। ਓਕੇ, ਚਾਹੇ ਪੇਪਰ ਤੁਹਾਡੇ ਕਦੋਂ ਮਰਜ਼ੀ ਹੋਣ, ਬਟ ਫਿਰ ਵੀ DMC ਦੇ ਉੱਪਰ 21-23 ਹੀ ਲਿਖਿਆ ਹੈਗਾ। ਜੇਕਰ ਤੁਹਾਨੂੰ ਹੋਰ ਕੋਈ ਵੀ ਡਾਊਟ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਦੇ ਡਾਊਟ ਭੇਜ ਸਕਦੇ ਹੋ। ਠੀਕ ਹੈ, ਉਹਨਾਂ ਦੇ ਕੀ ਹੈ ਆਨਸਰ ਤੁਹਾਨੂੰ ਜ਼ਰੂਰ ਪ੍ਰੋਵਾਈਡ ਕਰਵਾਏ ਜਾਣਗੇ। ਬਾਕੀ ਜੇਕਰ ਤੁਸੀਂ ਬੈਚ ਜੁਆਇਨ ਕਰਨਾ ਹੈ ਤਾਂ ਮੇਰੇ ਨੰਬਰ ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ। ਥੈਂਕ ਯੂ ਵੈਰੀ ਮਚ।